ਸਾਡੀ ਜਗ੍ਹਾ ਪਈ ਜੀ, ਉਹ ਜਗ੍ਹਾ ਤੇ ਕਬਜ਼ਾ ਕਰਨ ਨੂੰ ਕਹਿੰਦੇ ਆ। ਕੌਣ ਕਰਨ ਨੂੰ ਕਹਿੰਦੇ? ਉਹ ਲਾ ਲਿਆ ਜੀ ਸਾਡੇ। ਕੀ ਨਾਮ? ਭਿੰਦਰ ਸਿੰਘ, ਬਲਵਿੰਦਰ ਸਿੰਘ ਵੇਖਦਾ ਤੇ ਭਿੰਦਰ ਭਿੰਦਰ ਕਹਿੰਦੇ ਪਿੰਡ 'ਚ। ਲਾ ਲਿਆ ਉਹ ਤਕੜੀ ਪਾਰਟੀ ਹੈ ਤੇ ਪਿੰਡ ਦੇ ਵਿੱਚ ਵਿਹਾਰ ਪਹਿਲਾਂ ਤੋਂ ਵੀ ਉਹਨਾਂ ਦਾ ਇਹੋ ਜਿਹਾ ਹੀ ਆ। ਗੁੰਡੇ ਗੁੰਡੇ ਆ। ਅਸੀਂ ਕੰਮਾਂ 'ਤੇ ਗਏ ਹੋਏ ਸੀ, ਮੇਰਾ ਡੈਡੀ ਮੇਰੇ ਘਰ ਵਾਲੇ ਘਰੇ ਸੀ ਕੱਲ੍ਹ। ਹਾਂਜੀ ਹਾਂਜੀ। ਕੀ ਹੋਇਆ? ਮੇਰੇ ਡੈਡੀ ਦੀ ਮੌਤ ਕਰਕੇ। ਬਹੁਤ ਤੇਜ਼ ਹਥਿਆਰ ਸੀਗੇ। ਜਗਤਾਰ ਸਿੰਘ ਕਿਹੜੇ ਪਿੰਡ ਤੋਂ? ਡੱਲਾ ਪਿੰਡ ਆ ਜੀ। ਤੇ ਜਿਹੜੀ ਉੱਥੇ ਆਪਸ ਵਿੱਚ ਲੜਾਈ ਹੋਈ ਆ, ਜਿਹਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਕੁਝ ਜ਼ਖਮੀ ਹੋ ਗਏ, ਪੂਰੀ ਕਹਾਣੀ ਕੀ ਸੀ? ਕਹਾਣੀ ਉਹ ਸਾਡੀ ਜਗ੍ਹਾ ਪਈ ਜੀ, ਉਹ ਜਗ੍ਹਾ ਤੇ ਕਬਜ਼ਾ ਕਰਨ ਨੂੰ ਕਹਿੰਦੇ ਆ। ਕੌਣ ਕਰਨ ਨੂੰ ਕਹਿੰਦੇ? ਉਹ ਲਾ ਲਿਆ ਜੀ ਸਾਡੇ। ਕੀ ਨਾਮ? ਭਿੰਦਰ ਸਿੰਘ, ਬਲਵਿੰਦਰ ਸਿੰਘ ਵੇਖਦਾ ਤਾਂ ਭਿੰਦਰ ਭਿੰਦਰ ਹੋ ਜਾਂਦੇ ਪਿੰਡ 'ਚ। ਲਾ ਲਿਆ ਉਹ ਤਕੜੀ ਪਾਰਟੀ ਆ ਤੇ ਪਿੰਡ ਦੇ ਵਿੱਚ ਵਿਹਾਰ ਪਹਿਲਾਂ ਤੋਂ ਵੀ ਉਹਨਾਂ ਦਾ ਇਹੋ ਜਿਹਾ ਹੀ ਆ। ਗੁੰਡੇ ਗੁੰਡੇ ਆ। ਅਸੀਂ ਕੰਮਾਂ 'ਤੇ ਗਏ ਹੋਏ ਸੀ, ਮੇਰਾ ਡੈਡੀ ਮੇਰੇ ਘਰ ਵਾਲੇ ਘਰੇ ਸੀ ਕੱਲ੍ਹ। ਹਾਂਜੀ ਹਾਂਜੀ। ਕੋਈ ਨਾ, ਕੀ ਹੋਇਆ ਉੱਥੇ? ਮੇਰੇ ਡੈਡੀ ਦੀ ਮੌਤ ਕਰਕੇ ਜੀ। ਬਹੁਤ ਤੇਜ਼ ਹਥਿਆਰ ਸੀਗੇ। ਕਿੰਨੇ ਬੰਦੇ? ਚਾਰ ਜਣੇ ਸੀਗੇ ਜੀ। ਹਥਿਆਰ ਕੀ ਸੀ ਉਹਨਾਂ ਕੋਲ? ਉਹਨਾਂ ਕੋਲ ਇੱਕ ਪੈਪ ਸੀ ਲੋਹੇ ਦੀ, ਇੱਕ ਕਿਰਪਾਨ ਸੀ, ਇੱਕ ਟੋਕਾ ਸੀਗਾ ਤੇ ਭਿੰਦਰ ਕੋਲ ਇੱਕ ਪਿਸਤੌਲ ਵੀ ਸੀਗਾ। ਭਿੰਦਰ ਦੇ ਨਾਲ ਕੌਣ ਕੌਣ ਸੀ? ਭਿੰਦਰ ਦੇ ਦੋ ਲੜਕੇ ਸੀਗੇ ਜੀ। ਹਾਂਜੀ। ਇੱਕ ਵੱਡੇ ਮੁੰਡੇ ਦਾ ਮੁੰਡਾ ਸੀਗਾ ਉਹਦੇ। ਤੇ ਬਲਦੇਵ ਸਿੰਘ ਤੁਹਾਡੇ ਪਿਤਾ ਜੀ ਸੀ? ਹਾਂ, ਮੇਰੇ ਪਿਤਾ ਸੀ। ਉਹਦੀ ਡੈਥ ਹੋ ਚੁੱਕੀ ਹੈ? ਡੈਥ ਹੋ ਚੁੱਕੀ ਹੈ, 70 ਸਾਲ ਦੀ ਉਮਰ ਸੀ। ਮੇਰੇ ਘਰ ਵਾਲੀ ਦੇ ਅੱਖ ਤੇ ਹੈ ਜੀ ਉਹਦਾ। ਕੀ ਬੱਜਾ ਉਹਦੇ ਅੱਖ ਤੇ? ਪਤਾ ਨਹੀਂ ਕੀ ਮਾਰਿਆ ਜੀ। ਦੂਜੇ ਹੋਰ ਇੱਕ ਭਰਾ ਦੇ ਕਹਿੰਦੇ ਸੀ ਉਹਦੇ ਕੀ ਬੱਜਾ? ਭਰਾ ਦੇ ਮੇਰੇ ਤੇ ਕਿਰਪਾਨ ਮਾਰੀ ਜੀ, ਜੋ ਡੈਡੀ ਨੂੰ ਬਚਾਉਣ ਲੱਗਾ ਕਿ ਨਾ। ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਜੀ? ਨਹੀਂ, ਪੁਲਿਸ ਮੌਕੇ 'ਤੇ ਨਹੀਂ, ਅਸੀਂ ਠੂਰ ਲੈ ਗਏ ਸੀ, ਠੂਰੋਂ ਰੈਫਰ ਜਗਰਾਉਂ ਕਰਤਾ। ਕੀ ਮੰਗ ਕਰਦੇ? ਅਸੀਂ ਪੁਲਿਸ ਤੋਂ ਦੇਖੋ ਜੀ, ਪੁਲਿਸ ਕੀ ਕਰਦੀ ਆ ਹੁਣ? ਤੁਸੀਂ ਕੀ ਮੰਗ ਕਰਦੇ? ਅਸੀਂ ਤਾਂ ਇਨਸਾਫ ਚਾਹੀਦਾ, ਸਾਨੂੰ ਤਾਂ ਕੁਛ ਨਹੀਂ ਚਾਹੀਦਾ। ਤੇ ਤੁਹਾਡੇ ਪਿੰਡ ਵਿੱਚ ਆ ਜਿਹੜੇ ਅੱਜ ਲੜਾਈ ਹੋਈ ਆ, ਉਹਦੇ ਵਿੱਚ ਕਹਿੰਦੇ ਸੁਣਿਆ ਵੀ ਜਿਹੜਾ ਇੱਕ ਆਦਮੀ ਦਾ ਜਿਹੜਾ ਕਤਲ ਹੋ ਗਿਆ, ਕੁਛ ਜ਼ਖਮੀ ਹੋ ਗਏ, ਪੂਰੀ ਜਾਣਕਾਰੀ ਦਿਓ ਦੀ ਕੀ ਗੱਲ? ਹਾਂਜੀ, ਉਹ ਮੈਨੂੰ ਸਾਰੇ ਸਾਡੇ ਘਰ ਅਸੀਂ ਸਾਡੇ ਆਪਣੇ ਸਾਹਿਬਜ਼ਾਦਿਆਂ ਦਾ ਅਖੰਡ ਪਾਠ ਪ੍ਰਗਾਸ਼ ਆ ਪੁਲ 'ਤੇ। ਹਾਂਜੀ ਹਾਂ, ਮੈਂ ਉੱਥੋਂ ਜਾਣੀ ਜਦੋਂ ਘਰੇ ਗਿਆ ਤੇ ਉਹ ਘਰੇ ਉਹਦਾ ਸੁਨੇਹਾ ਦੇ ਕੇ ਗਿਆ ਸੀ ਜਿਹੜਾ ਮਾਰਨ ਵਾਲੇ ਆ। ਕੌਣ ਸੀ ਮਾਰਨ ਵਾਲੇ? ਭਿੰਦਰ। ਹਾਂਜੀ। ਕੀ ਰੌਲਾ ਸੀਗਾ? ਮਾੜੇ ਜਿਹਾ ਜਗ੍ਹਾ ਦਾ ਸੀ, ਜਗ੍ਹਾ ਵੀ ਉਹਦੀ ਨਹੀਂ ਸੀ, ਜਗ੍ਹਾ ਮਤਲਬ ਉਹ ਹੋਰ ਹੀ ਆ, ਬਾਹਰ ਘਰਾਂ ਦੀ ਆ। ਅਤੇ ਉਹ ਸਮਾਨ ਚੁਕਾਉਣ ਨੂੰ ਕਹਿੰਦਾ, ਮੈਂ ਆਪਦੇ ਭਤੀਜਾ ਹੀ ਆ ਮੇਰਾ ਲੱਗਦਾ ਉਹ ਸੁਖਵਿੰਦਰ ਜੀ ਨੇ ਹੱਥ ਉਹਨੂੰ ਬਿਆਨ ਦਿੱਤੇ ਉਹਨੂੰ। ਮੈਂ ਕਿਹਾ ਸੁਖਵਿੰਦਰ ਸਮਾਨ ਚੱਕ ਦਿਓ, ਆਪਾਂ ਕੀ ਲੈਣਾ? ਉਹ ਕਹਿੰਦਾ ਚੱਕ ਦਿੰਦੇ ਹਾਂ ਚਾਚਾ। ਚੱਲ ਉਹਨੇ ਚਿਰ ਨੂੰ ਮੈਂ ਪ੍ਰਸ਼ਾਦਾ ਲੈ ਕੇ ਜਾਣੀ ਦੂਰ ਸੰਤਾਂ ਦੇ ਚਲਿਆ ਗਿਆ। ਇਹਦਾ ਫੋਨ ਗਿਆ ਇਹ ਬੰਦੇ ਦਾ ਜਿਹੜਾ ਭਿੰਦਰ ਆ। ਹਾਂ, ਇਹ ਕਹਿੰਦਾ ਵੀ ਅਸੀਂ ਇਕੱਠੇ ਹੋ ਗਏ ਅਤੇ ਅਸੀਂ ਉਹ ਵੀ ਐਂ ਸਮਾਨ ਸਮੂਨ ਉਹਨਾਂ ਦਾ ਪਰੇ ਕਰਨਾ। ਮੈਂ ਕਿਹਾ ਤੂੰ ਇਹ ਅੱਚ ਬੀਜੀ ਨਾ ਕਰ, ਕੋਈ ਨਹੀਂ ਮੈਂ ਕਿਹਾ ਆ ਚੁਕਾ ਦਿੰਦਾ। ਪਰ ਜਦੋਂ ਨੂੰ ਉੱਥੇ ਨੂੰ ਮੈਂ ਗਿਆ, ਫਿਰ ਮੈਨੂੰ ਸਰਪੰਚ ਦਾ ਫੋਨ ਗਿਆ ਵੀ ਤੇਰੇ ਭਾਈ ਦੇ ਵੱਧ ਸੱਟ ਵੱਜ ਗਈ ਅਤੇ ਤੂੰ ਆ ਜਾ ਹਿੰਮਤ। ਇਹ ਬਲਦੇਵ ਸਿੰਘ। ਬਲਦੇਵ ਸਿੰਘ? ਹਾਂ, ਇਹ ਉਮਰ ਮੇਥੋਂ ਜੀ ਵੱਡਾ, 8-9 ਸਾਲ ਵੱਡਾ ਹੀ ਸੀ। ਬੱਚੇ ਤਾਂ ਤਿੰਨ ਮੁੰਡੇ ਸੀ ਅਤੇ ਤਿੰਨ ਗੁੱਡੀਆਂ ਸੀ। ਵੱਡੀ ਨਾ ਉਹਦੀ ਅੱਖ ਤੇ ਜਾ ਦੇ, ਅੱਖ ਨਿਕਲ ਗਈ। ਹਾਂ, ਪੁਲਿਸ ਮੌਕੇ ਤੇ ਫੜ ਚਲੀ ਗਈ। ਹਾਂ, ਮੁੰਡੇ ਦੇ ਵੀ ਉਹਦੇ ਵੱਜੀ ਆ, ਉਹਦੇ ਬਾਂਹ ਤੇ ਵੱਜੀ ਵੀ ਆ, ਗੁੱਟ ਤੇ। ਭਿੰਦਰ ਸਿੰਘ ਦੇ ਤੇ ਇੱਕ ਉਹਦਾ ਭਤੀਜਾ ਸੀ। ਗੰਡਾਸ਼ਕਾਂ ਗੁੱਡੂ ਸਿੰਘ ਸੀ, ਇਹ ਜਿਹਾ ਕੁਛ ਸੀ। ਮਤਲਬ ਮੈਂ ਉਹ ਮੌਕੇ ਤੇ ਨਹੀਂ ਸੀ, ਮੈਨੂੰ ਜਾਣੀ ਜਦੋਂ ਮੈਨੂੰ ਫੋਨ ਗਿਆ ਵੀ ਉਹਦੇ ਵੱਧ ਸੱਟ ਵੱਜ ਗਈ, ਮੈਂ ਉਦੋਂ ਹੀ ਭੱਜ ਲਿਆ ਉੱਥੋਂ। ਲੜਾਈ ਪਿੰਡ 'ਚ ਹੋਈ? ਹਾਂ, ਪਿੰਡ ਦੇ ਵਿੱਚ ਹੋਈ ਹੈ ਜੀ। ਹਾਂ, ਉਹ ਫਿਰ ਮਾਰ ਕੇ ਭੱਜ ਗਏ ਜੀ? ਹਾਂ, ਫਿਰ ਭੱਜ, ਜਦੋਂ ਫਿਰ ਲੋਕ ਮਗਰ ਪੈ ਗਏ ਫਿਰ ਭੱਜੇ ਆ।
सजा मिलनी चाहिदी जो इन्होंने किया। आपस झगड़िया ने जिन्हां विचों एक बलदेव सिंह है पुत्र मलकीत सिंह वासी डल्ला जिहदी कि डैथ हो चुकी है ते दूजी पार्टी भी वह भी दाखल है। असी बलदेव सिंह दा बेटा है जिहड़ा सुखविंदर सिंह उहदे बयान दे उत्ते असी अगे बनदी कारवाई कर रहे हैं। अजे गिरफ्तारियां जिहड़ी हैगियां ने उहदे वास्ते असी रेड पार्टियां बनाईआं ने ते रेड कीती जा रही है। इन्हों का कोई खाली प्लॉट पिया होया सीगा जिहदे विच दोवें धिरां दा हक जताउंदियां सीगियां कोई फुट दो फुट की ही जगह का रौला सीगा जिस करके दोवें धिरां झगड़ियां आपस झगड़े कतल होया। जी जी माता जी की नाम है जी? रणजीत कौर। किहड़ा पिंड है जी? डल्ला। अख ते तुहाडे विच जिहड़ी अज लड़ाई हुई है किहने सट मारी? इह जी उहनां खत्तरुआं ने मारी चारे तने चारे प्यो पुत सी। असी नौ सहुरा घरे सी जी। असी आख्या भी बंदा ने आया तो गल कर लो जे कोई है भी थोड़े कोई गल मन चो। खतरियां ते किन्ने जाने सी? ओ जी पांच जाने सी। किहदी सट्टां मारियां? जदों मेरे डैडी नूं ढाह लिया मैं मूहरे होई मैनूं इह सट लिया उहनां ने मेरे अख ते सट मारी। मैनूं इधर लिया जवा के निके निके जे मैं घर नूं भजे जी मेरे सट मारी मेरे डैडी नूं उहनां ने मार बस कीता जी। असी होर वी किसे ते सट भज्जी? होर वी किसे ते भज्जी? मेरे देवर दे बच्ची दे और दे ओदे की मारे? ओदे जी कृपान मारी बाह दे। ਤੁਸੀਂ ਅੱਖੀਂ ਦੇਖੀ ਹੈ ਲੜਾਈ ਸਾਰੇ? ਹਾਂਜੀ ਅੱਖੀਂ ਦੇਖੀ ਹੈ ਜੀ। ਇਹ ਕੀ ਕਾਹਦਾ ਰੌਲਾ ਸੀ? ਇਹ ਜੀ ਵੈਸੇ ਇੱਟਾਂ ਚਣੀਆਂ ਆਉਂਗਾ ਸੀ ਸਾਡੇ ਨਾਲ ਦੇ ਪਲਾਟ ਦੇ ਵਿੱਚ। ਉਹ ਕਹਿੰਦੇ ਸਾਡਾ ਥਾਂ ਹੈ ਧੱਕੇ ਨਾਲ ਕਬਜ਼ਾ ਕਰਨ ਲੱਗੇ ਆ ਜੀ। ਉਹਨਾਂ ਦਾ ਥਾਂ ਇੱਥੇ ਕੋਈ ਵੀ ਨਹੀਂ ਕੁਛ ਵੀ ਨਹੀਂ ਰਹੇਗਾ। ਫਿਰ ਉਹ ਆ ਗਏ ਤੁਹਾਡੇ 'ਚ ਕਿੰਨੇ ਆ ਗਏ ਕਿੰਨੇ ਜਣੇ ਆਏ ਸੀ? ਉਹ ਜੀ ਪੰਜ ਛੇ ਜਣੇ ਆਏ ਸੀ ਤਾਂ ਉਹ ਬਹੁਤ ਜਾਣੇ ਜਾਂਦੀ ਪੰਜਾਂ ਨੇ ਸਾਡੇ ਨਾਲ ਬੁਰੀ ਹਾਲਤ ਕੀਤੀ। ਨਾ ਸਰ ਫੜਲੇ ਕਿ ਨਹੀਂ ਫੜਲੇ? ਉਹ ਤੇ ਤਿੰਨ ਜਾਣੇ ਫੜੇ ਹੋਏ ਆ ਗਏ। ਮੁੱਕੇ ਦੇ ਫੜ ਲਏ ਜੀ? ਭਿੰਦਰ ਭੱਜਿਆ ਉਹ ਜੀ ਜਿਹਨੇ ਖੁਦ ਮਾਰਿਆ ਮੇਰੇ ਸਹੁਰੇ ਨੂੰ ਉਹ ਨਹੀਂ ਫੜਿਆ ਉਹਨਾਂ ਨੇ ਜੀ। ਉਹ ਭੱਜਿਆ ਹੋਇਆ। ਕੀ ਮੰਗ ਕਰਦੇ? ਸੰਤਾਂ ਆਏ ਬਸ ਵੀ ਇਨਸਾਫ ਚਾਹੀਦਾ ਜੀ। ਕਿ ਪਹਿਲਾਂ ਤੋਂ ਰੌਲਾ ਚੱਲਦਾ ਜੀ ਤੁਹਾਡਾ? ਪਹਿਲਾਂ ਜੀ ਊਂ ਕਹਿੰਦੇ ਹੁੰਦੇ ਸੀਗੇ ਅਸੀਂ ਅਕਸ ਵੀ ਚੱਲ ਜੇ ਤੁਹਾਡਾ ਥਾਂ ਤਾਂ ਤੁਸੀਂ ਆਪਦਾ ਠੱਡਾ ਲਾ ਲਓ ਅਸੀਂ ਆਪਦੀ ਕੰਧ ਕੱਢਣੀ ਬੱਚੇ ਭੋਰਾ ਭੋਰਾ ਸਾਡੇ। ਉਹਨਾਂ ਨੇ ਕੋਈ ਗੌਰ ਨਹੀਂ ਕੀਤੀ। ਜਦੋਂ ਸਾਡੇ ਬੰਦੇ ਬਾਹਰ ਚਲੇ ਜਾਂਦੇ ਸੀ ਉਦੋਂ ਸਾਡੇ 'ਤੇ ਆ ਕੇ ਇਹ ਕਾਂਈ ਕਰਦੇ ਸੀ ਔਕ ਦਾ ਔਕ ਕਰਦੇ ਸੀ ਕਰਦੇ ਬੁੜੀਆਂ ਨੂੰ ਹੀ ਸੀਗੇ ਬਾਅਦ। ਅੱਜ ਬਹੁਤ ਵੱਡੀ ਲੜਾਈ ਹੋਈ? ਅੱਜ ਬਹੁਤ ਵੱਡੀ ਲੜਾਈ ਹੋ ਗਈ। ਸਾਡੇ ਬੰਦੇ ਹੈ ਨਹੀਂ ਸੀ ਕੰਮਾਂ 'ਤੇ ਗਏ ਸੀ। ਸਵਾ 9 ਵਜੇ ਦੀ ਲੜਾਈ ਹੈ। ਹੁਣ ਤੁਸੀਂ ਜਗਰਾਉਂ ਰੈਫਰ ਕਰਤਾ ਜੀ? ਹਾਂਜੀ। ਕੀ ਕਹਿੰਦੇ ਡਾਕਟਰ? ਉਹਨਾਂ ਨੇ ਕਹਿੰਦਾ ਕੋਈ ਨਾ ਜੀ ਠੀਕ ਹੋ ਜੂਗਾ।